ਕੀ ਬੋਲੇ? ਹਾਂਜੀ ਜਗ੍ਹਾ ਦੇ ਪੈਸੇ ਵੀ ਦਿੱਤੇ ਹੋਏ ਆ, 40,000 ਦਾ ਨੁਕਸਾਨ ਮੇਰਾ ਜੀ, 40,000 ਦਾ। ਅੰਬਰਸਰੋਂ ਆਏ ਆ, 10,000 ਗੱਡੀ ਕਿਰਾਏ ਆਈ ਆ, 10,000 ਜਾਣੀ ਆ। ਕਿਹਨੇ ਬੰਦੇ ਨੂੰ ਬੇਨਤੀ ਆ ਜੀ, ਜਾਂ ਤਾਂ ਸਾਨੂੰ ਪੈਸੇ ਦਿੱਤੇ ਜਾਣ ਜਾਂ ਸਾਡਾ ਕੋਈ ਹੱਲ ਹੋਵੇ ਜਾਂ ਚੱਲ ਹੋਵੇ। ਬੰਦ ਕਿਹਨੇ ਕਰਵਾਏ ਆ ਜੀ? ਬੰਦ ਇਹ ਆ ਜੀ, ਜਿਹੜੇ ਆਪਣੇ ਗਾਤੇ ਵਾਲਿਆਂ ਨੇ ਇਹਨਾਂ ਨੇ ਬੰਦ ਕਰਵਾਏ ਆ ਜੀ। ਆ ਗਏ ਕਿਆ ਕਹਿੰਦੇ ਆ? ਬੰਦ ਕਰੋ। ਬਸ ਇੰਨਾ ਕਿਹਾ ਕਿ ਗਏ ਝੂਲਾ ਬੰਦ ਕਰ ਦਿਓ ਜੀ, ਹੁਣ ਸਾਨੂੰ ਨਹੀਂ ਪਤਾ ਕਿਆ ਕਹਿੰਦੇ ਨੇ ਬਾਕੀ। कहना ये जी जो बंदी करवाना था तो कल्ला ये झूले वाले का तो पेट नहीं है, पेट सबका ही है, सबका बंद कराओ, सारे बंद कराओ, ये एक आइटम बंद करवाने से क्या पूरा हो जाएगा? दुकान चल ही रहा है, सारा आइटम चल ही रहा है, सारा कुछ मार्केट चल ही रहा है, सिर्फ झूले वाले ही पैसा वाला इतना है जो बस बैठ के भी खा सकता है। कहाँ से लाएगा झूले वाला? कोई लूट के थोड़ी ही लाना है, मेहनत करके कमाना है। बंद कर दो जी, इनका राज चल रहा है, बंद कर दो। कहाँ से खर्चा पानी हम लोग का आएगा? इतना इतना 40,000-50,000 रुपया लगभग आने जाने का किराया, किराया सिर्फ है, जगह का खर्च अलग है, हम लोग का पेट पानी अलग है, ये कहाँ से पूरा होगा? गरीब बंदे कहाँ जाएंगे? हमारा बस यही विनती है जी, इसको पूरा किया जाए, हमारा पूरा करवाया। अभी की जाना जी, अभी पठानकोट तो आए हैं सामान लग के, 20,000 गड्डी आई है तो 20,000 जानी है, तो ये इधरों कहते बंद कर दो जी। बंद किया ਇਹ ਨਹੀਂ ਸਾਨੂੰ ਕੋਈ ਸਮਝ ਲੱਗੀ ਕਿਉਂ ਬੰਦ ਕਰਾਏ ਆ। ਅੱਗੇ ਹਰ ਸਾਲ ਲੱਗਦੇ ਸੀਗੇ, ਜਿਹੜੇ ਬੰਦ ਕਰਾਉਣੇ ਸੀਗੇ ਤਾਂ ਅਖਬਾਰ 'ਚ ਕਢਾ ਆਉਂਦੇ ਪਹਿਲਾਂ, ਹੁਣ ਸਾਨੂੰ ਆਇਆਂ ਨੂੰ ਭਾੜਾ ਕਰਾਇਆ ਸਾਡੇ ਕੋਲ ਹੈ ਨਹੀਂ, ਉਹ ਅਸੀਂ ਕੀ ਕਰੀਏ? ਪੋਸਟਰ ਲਗਾਓ, ਪੋਸਟਰ ਲਗਾਉਣੇ, ਪੋਸਟਰ ਲੱਗੇ ਹੁੰਦੇ ਬਾਹਰੋਂ ਦੇਖ ਕੇ ਮੁੜ ਜਾਂਦੇ ਗੱਡੀਆਂ ਲੱਦੀਆਂ ਦੇ, ਖੜੇ ਪੈਰ ਕਹਿੰਦੇ ਸਾਨੂੰ ਬੰਦ ਕਰ ਦਿਓ ਜੀ। ਕਿੰਨਾ ਨੁਕਸਾਨ ਹੋਇਆ? ਵੱਡਾ ਨੁਕਸਾਨ ਹੋਇਆ, 50,000 ਦਾ ਹੋਇਆ ਜੀ। ਇੱਕ ਮੁੰਡਾ ਅੰਮ੍ਰਿਤਸਰੋਂ ਆਇਆ ਨਾਲ ਖੜਾ ਆ, ਹਾਂਜੀ ਕੀ ਕਰੀਏ? ਹਾਂਜੀ ਜਗ੍ਹਾ ਦੇ ਪੈਸੇ ਵੀ ਦਿੱਤੇ ਹੋਏ ਆ, 40,000-50,000 ਦਾ ਨੁਕਸਾਨ ਮੇਰਾ ਜੀ, 40,000 ਦਾ। ਅੰਬਰਸਰੋਂ ਆਏ ਆ, 10,000 ਗੱਡੀ ਕਿਰਾਏ ਆਈ ਆ, 10,000 ਜਾਣੀ ਆ। ਕਿਹਨੇ ਬੰਦੇ ਨੂੰ ਬੇਨਤੀ ਆ ਜੀ, ਜਾਂ ਤਾਂ ਸਾਨੂੰ ਪੈਸੇ ਦਿੱਤੇ ਜਾਣ ਜਾਂ ਸਾਡਾ ਕੋਈ ਹੱਲ ਹੋਵੇ ਜਾਂ ਚੱਲ ਹੋਵੇ। ਬੰਦ ਕਿਹਨੇ ਕਰਵਾਏ ਆ ਜੀ? ਬੰਦ ਇਹ ਆ ਜੀ, ਜਿਹੜੇ ਆਪਣੇ ਗਾਤੇ ਵਾਲਿਆਂ ਨੇ ਇਹਨਾਂ ਨੇ ਬੰਦ ਕਰਵਾਏ ਆ ਜੀ। ਆ ਗਏ ਕਿਆ ਕਹਿੰਦੇ ਆ? ਬੰਦ ਕਰੋ। ਬਸ ਇੰਨਾ ਕਿਹਾ ਕਿ ਗਏ ਝੂਲਾ ਬੰਦ ਕਰ ਦਿਓ ਜੀ, ਹੁਣ ਸਾਨੂੰ ਨਹੀਂ ਪਤਾ ਕਿਆ ਕਹਿੰਦੇ ਨੇ ਬਾਕੀ। ਕਹਿਣਾ ਇਹ ਜੀ ਜੋ ਬੰਦੀ ਕਰਵਾਉਣਾ ਤਾ ਤੋ ਕੱਲਾ ਇਹ ਝੂਲੇ ਵਾਲੇ ਕਾ ਤੋ ਪੇਟ ਨਹੀਂ ਹੈ, ਪੇਟ ਸਬਕਾ ਹੀ ਹੈ, ਸਬਕਾ ਬੰਦ ਕਰਾਓ, ਸਾਰੇ ਬੰਦ ਕਰਾਓ, ਇਹ ਇੱਕ ਆਈਟਮ ਬੰਦ ਕਰਵਾਉਣੇ ਸੇ ਕਿਆ ਪੂਰਾ ਹੋ ਜਾਏਗਾ? ਦੁਕਾਨ ਚੱਲ ਹੀ ਰਹਾ ਹੈ, ਸਾਰਾ ਆਈਟਮ ਚੱਲ ਹੀ ਰਹਾ ਹੈ, ਸਾਰਾ ਕੁਛ ਮਾਰਕੀਟ ਚੱਲ ਹੀ ਰਹਾ ਹੈ, ਸਿਰਫ ਝੂਲੇ ਵਾਲੇ ਹੀ ਪੈਸਾ ਵਾਲਾ ਇਤਨਾ ਹੈ ਜੋ ਬਸ ਬੈਠ ਕੇ ਵੀ ਖਾ ਸਕਦਾ ਹੈ। ਕਹਾਂ ਸੇ ਲਾਏਗਾ ਝੂਲੇ ਵਾਲਾ? ਕੋਈ ਲੂਟ ਕੇ ਥੋੜੇ ਹੀ ਲਾਣਾ ਹੈ, ਮਿਹਨਤ ਕਰਕੇ ਕਮਾਉਣਾ ਹੈ। ਬੰਦ ਕਰ ਦਿਓ ਜੀ, ਇਨਕਾ ਰਾਜ ਚੱਲ ਰਿਹਾ ਹੈ, ਬੰਦ ਕਰ ਦਿਓ। ਕਹਾਂ ਸੇ ਖਰਚਾ ਪਾਣੀ ਹਮ ਲੋਕ ਕਾ ਆਏਗਾ? ਇਤਨਾ ਇਤਨਾ 40,000-50,000 ਰੁਪਏ ਲਗਭਗ ਆਨੇ ਜਾਣੇ ਕਾ ਕਿਰਾਇਆ, ਕਿਰਾਇਆ ਸਿਰਫ ਹੈ, ਜਗ੍ਹਾ ਕਾ ਖਰਚ ਅਲਗ ਹੈ, ਹਮ ਲੋਕ ਕਾ ਪੇਟ ਪਾਣੀ ਅਲਗ ਹੈ, ਇਹ ਕਹਾਂ ਸੇ ਪੂਰਾ ਹੋਗਾ? ਗਰੀਬ ਬੰਦੇ ਕਹਾਂ ਜਾਏਂਗੇ? ਬਸ ਇਹੀ ਬੇਨਤੀ ਹੈ ਜੀ, ਇਸਕੋ ਪੂਰਾ ਕੀਆ ਜਾਏ, ਹਮਾਰਾ ਪੂਰਾ ਕਰਵਾਇਆ। ਅਸੀਂ ਕੀ ਜਾਣਾ ਜੀ, ਅਸੀਂ ਪਠਾਨਕੋਟ ਤੋਂ ਆਏ ਹਾਂ ਸਮਾਨ ਲੱਗ ਕੇ, 20,000 ਗੱਡੀ ਆਈ ਆ ਤਾਂ 20,000 ਜਾਣੀ ਆ, ਤਾਂ ਇਹ ਇੱਧਰੋਂ ਕਹਿੰਦੇ ਬੰਦ ਕਰ ਦਿਓ ਜੀ। ਬੰਦ ਕੀਤਾ, ਇਹ ਨਹੀਂ ਸਾਨੂੰ ਕੋਈ ਸਮਝ ਲੱਗੀ ਕਿਉਂ ਬੰਦ ਕਰਾਏ ਆ। ਅੱਗੇ ਹਰ ਸਾਲ ਲੱਗਦੇ ਸੀਗੇ, ਜਿਹੜੇ ਬੰਦ ਕਰਾਉਣੇ ਸੀਗੇ ਤਾਂ ਅਖਬਾਰ 'ਚ ਕਢਾ ਆਉਂਦੇ ਪਹਿਲਾਂ, ਹੁਣ ਸਾਨੂੰ ਆਇਆਂ ਨੂੰ ਭਾੜਾ ਕਰਾਇਆ ਸਾਡੇ ਕੋਲ ਹੈ ਨਹੀਂ, ਉਹ ਅਸੀਂ ਕੀ ਕਰੀਏ? ਪੋਸਟਰ ਲਗਾਓ, ਪੋਸਟਰ ਲਗਾਉਣੇ, ਪੋਸਟਰ ਲੱਗੇ ਹੁੰਦੇ ਬਾਹਰੋਂ ਦੇਖ ਕੇ ਮੁੜ ਜਾਂਦੇ ਗੱਡੀਆਂ ਲੱਦੀਆਂ ਦੇ, ਖੜੇ ਪੈਰ ਕਹਿੰਦੇ ਸਾਨੂੰ ਬੰਦ ਕਰ ਦਿਓ ਜੀ। ਕਿੰਨਾ ਨੁਕਸਾਨ ਹੋਇਆ? ਵੱਡਾ ਨੁਕਸਾਨ ਹੋਇਆ, 50,000 ਦਾ ਹੋਇਆ ਜੀ। ਇੱਕ ਮੁੰਡਾ ਅੰਮ੍ਰਿਤਸਰੋਂ ਆਇਆ ਨਾਲ ਖੜਾ ਆ, ਹਾਂਜੀ ਤਾਂ ਕੀ ਕਰੀਏ?